ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀ ਭਾਈ ਇਨਾਮ ਅਲੀ, ਭਾਈ ਸ਼ਾਹਬਾਜ ਅਲੀ ਨਜ਼ਾਕਤ, ਅਲੀ ਵਸੀਮ ਅਬਾਸ ਅਲੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ ਭਾਰਤ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਆਏ ਨੇ। ਰੂਹਾਨੀਅਤ ਦੇ ਇਸ ਕੇਂਦਰ 'ਤੇ ਆ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ ਹੈ। ਉਹ ਪੰਜਾਬ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਬਟਾਲਾ ਵਿਖੇ ਆਯੋਜਿਤ ਕੀਰਤਨ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਨੇ। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਰੀਡੋਰ ਦੇ ਖੋਲ੍ਹੇ ਜਾਣ 'ਤੇ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਦਾਰ ਨਿਸ਼ਾਨ ਸਿੰਘ ਕਾਲੋਂ, ਬਾਬਾ ਅਮਰੀਕ ਸਿੰਘ ਜੀ SCPC ਦੇ ਵਧੀਕ ਸਕੱਤਰ, ਸਰਦਾਰ ਪ੍ਰਤਾਪ ਸਿੰਘ ਜੀ ਐਡੀਸ਼ਨਲ ਮੈਨੇਜਰ, ਇਕਬਾਲ ਸਿੰਘ ਮੁਖੀ, ਸੂਚਨਾ ਅਧਿਕਾਰੀ ਹਰਿੰਦਰ ਸਿੰਘ, ਜਤਿੰਦਰ ਸਿੰਘ, ਉਹਨਾਂ ਨੂੰ ਇਸ ਮੌਕੇ 'ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀਬੀ ਪਰਮਜੀਤ ਕੌਰ ਕਾਲੋਂ, ਆਬਕਾਰੀ ਅਤੇ ਘਰ ਸਹਾਇਕ ਕਮਿਸ਼ਨਰ ਸ੍ਰੀ ਹਰਮੀਤ ਸਿੰਘ, ਹਰਭਜਨ ਸਿੰਘ ਕਾਲੋਂ, ਸੁਰਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਹਰਦਾਨ, ਬਿਕਰਮ ਸਿੰਘ ਆਦਿ ਹਾਜ਼ਰ ਸਨ। ਇਨਾਮ ਅਲੀ ਕਿੱਥੋਂ ਆਏ ਤੁਸੀਂ? ਪਾਕਿਸਤਾਨ ਤੋਂ, ਲਾਹੌਰ ਤੋਂ। ਅਤੇ ਅੱਜ ਕਿੱਧਰ ਆਏ ਤੁਸੀਂ? ਅੱਜ ਨਹੀਂ ਸੀ, ਤਕਰੀਬਨ 14 ਤਰੀਕ ਦੇ ਆਏ ਹਾਂ ਇੰਡੀਆ ਕੀਰਤਨ ਕਰਨ ਵਾਸਤੇ। ਕਰਨਾਵਾ ਇੱਕ ਪਿੰਡ ਹੈ ਆਪਣਾ ਗੁਰਦਾਸਪੁਰ ਦੇ ਕੋਲ, ਉੱਥੇ ਭਾਈ ਨਿਸ਼ਾਨ ਜੀ ਨੇ ਸਾਨੂੰ ਬੁਲਾਇਆ ਕੀਰਤਨ ਦੀ ਸੇਵਾ ਕਰਨ ਵਾਸਤੇ, ਕੀਰਤਨ ਕਰਨ ਵਾਸਤੇ ਲਾਹੌਰ ਤੋਂ ਆਏ ਵਾਸਤੇ। ਅੱਜ ਹਰਿਮੰਦਰ ਸਾਹਿਬ ਆਇਓ, ਕਿਹਾ ਉਹਦਾ ਲੱਗਾ ਤੁਹਾਨੂੰ? ਹਰਿਮੰਦਰ ਸਾਹਿਬ ਬਹੁਤ ਅੱਛਾ ਲੱਗਾ ਜੀ। ਹਰਿਮੰਦਰ ਸਾਹਿਬ ਆ ਕੇ ਬੜੀ ਦਿਲ ਨੂੰ ਸਕੂਨ, ਬੜਾ ਦਿਲ ਨੂੰ ਸਕੂਨ ਮਹਿਸੂਸ ਹੋਇਆ, ਖੁਸ਼ੀ ਮਹਿਸੂਸ ਹੋਈ, ਬਹੁਤ ਦਿਲ ਨੂੰ ਸਕੂਨ ਹੋਇਆ। ਪਹਿਲੀ ਵਾਰੀ ਆਏ ਹੋ? ਪਹਿਲੀ ਦਫਾ ਆਏ। ਜਿਹੜਾ ਕਰਤਾਰਪੁਰ ਕੋਰੀਡੋਰ ਖੋਲ੍ਹਿਆ, ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਜੀ, ਇਹ ਤਾਂ ਬਹੁਤ ਅੱਛਾ ਹੋਇਆ, ਦੋਨਾਂ ਸਰਕਾਰਾਂ ਵਾਸਤੇ ਮੁਹੱਬਤ ਦਾ ਰਸਤਾ ਹਮਵਾਰ ਹੋਣ ਦਾ ਚਾਂਸ ਹੈ, ਔਰ ਅੱਲਾਹ ਕਰੇ ਕਿ ਦੋਨੋਂ ਨੇ, ਦੋਨੋਂ ਸਰਕਾਰਾਂ ਦਾ ਮੁਹੱਬਤ ਦਾ ਪੈਮਾਨਾ, ਮੁਹੱਬਤ ਦੀ ਡੋਰੀਆਂ ਵਧਣ, ਔਰ ਇਹ ਜੋ ਹੋਇਆ, ਜੋ ਕੁਛ ਹੋਇਆ ਕਰਤਾਰਪੁਰ ਦਾ, ਬਹੁਤ ਅੱਛਾ ਹੋਇਆ। ਮੇਰਾ ਨਾਮ ਨਿਸ਼ਾਨ ਸਿੰਘ ਕਾਲੋ ਆ ਜੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਪਿੰਡ ਭੀੜ ਵਾਲੇ, ਕਰਨਾਵਾ, ਹਾਂਜੀ, ਕਈ ਨੇੜੇ ਹੈ ਤੁਸੀਂ, ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੇਵਾ ਨਿਭਾ ਰਿਹਾ ਹਾਂ। ਉਸ ਤੋਂ ਪਹਿਲਾਂ ਮੈਂ ਸਰਕਾਰੀ ਜੋਬ ਵਿੱਚ ਸੀ, ਕਾਫੀ ਗੁਰਦੁਆਰਾ ਮਾਨੀ ਘਰ ਸੇਵਾ ਕਰਵਾਈ ਹੈ। ਇਸ ਪਿਛਲੇ ਸਾਲ ਮੈਂ 550 ਸਾਲਾਂ 'ਤੇ ਇੱਕ ਜਥਾ ਲੈ ਕੇ ਗਿਆ ਸੀ ਪਾਕਿਸਤਾਨ, ਬਾਈ ਮੁੜ ਗਿਆ ਸੀ। ਉੱਥੇ ਭਾਈ ਨਾਮ ਵਾਲੀ ਜੀ ਨੂੰ, ਰਬਾਬੀ ਭਾਈ ਨਾਮ ਵਾਲੀ ਜੀ ਨੂੰ ਮੈਂ ਚੂਨਾ ਮੰਡੀ ਲਾਹੌਰ ਡੇਰਾ ਸਾਹਿਬ ਵਿਖੇ ਸੁਣਿਆ, ਸਾਰੀ ਸੰਗਤ ਨੇ ਸੁਣਿਆ, ਉੱਥੇ ਜਾਣ ਪਹਿਚਾਣ ਹੋਈ। ਅਸੀਂ ਉਦੋਂ ਹੀ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਇਹਨਾਂ ਨੂੰ ਉੱਥੇ ਬੁਲਾਉਣਾ ਹੈ। ਅਤੇ ਸਾਡੇ ਇਸ ਨਗਰ ਵਿੱਚ POI ਕਰਨਾਵਾ ਵਿਖੇ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ ਕੀਰਤਨ ਦਰਬਾਰ ਹੁੰਦਾ ਹੈ, ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਆਉਂਦੀਆਂ ਹਨ। ਇਹਨਾਂ ਨੂੰ ਸੱਦਾ ਦਿੱਤਾ, ਵਿਜੇ ਲਵਾਏ, ਕਾਫੀ ਯਤਨ ਕੀਤੇ, ਮਹਾਰਾਜ ਦੀ ਕਿਰਪਾ ਕੀਤੀ, ਯਤਨ ਸਫਲ ਹੋਇਆ, ਇਹ ਉਸ ਵਿੱਚ ਸ਼ਾਮਿਲ ਹੋਏ। ਇਹਨਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਹੱਲ ਕੀਤਾ, ਅੱਜ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ। ਆਵਾਜ਼ੀ ਕੰਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।